ਜੋ ਵਿਆਹ ਸੀਗਾ ਠੀਕ ਹੈ ਤੇ 20 ਬੰਦਿਆਂ ਦੇ ਇਹ ਮਨਜ਼ੂਰ ਹੈ ਸਾਡੇ ਕੋਲ 20 ਬੰਦਿਆਂ ਲਈ ਬਰਾਤ ਚਾਹੀਦੀ ਸੀਗੇ ਜੀ ਪਰ ਸਾਡੀ ਬਰਾਤ ਆਣ ਕਰਕੇ ਥੋੜੇ ਆਸ ਪੜੋਸ ਦੇ ਪੜੋਸੀ ਸੀਗੇ ਦੁਕਾਨਾਂ ਵਾਲੇ ਆ ਲੋਕੀ ਘਰੋਂ ਬਾਹਰ ਨਿਕਲ ਗਿਆ ਦੇਖਣ ਆ ਗਏ ਸੀ ਉਹਨਾਂ ਦੇ ਪੀੜ ਕਰਕੇ ਪੁਲਿਸ ਵਾਲਿਆਂ ਨੇ ਕਿਸੇ ਨੇ ਸ਼ਿਕਾਇਤ ਕਰਕੇ ਕਿ ਬਰਾਤੀ ਜ਼ਿਆਦਾ ਨੇ ਉਹਦੇ ਕਰਕੇ ਸਾਨੂੰ ਖਾਣੇ ਬਿਠਾ ਲਿਆ ਕਿ ਤੁਹਾਡੀ ਬਰਾਤੀ ਜ਼ਿਆਦਾ ਨੇ ਬਟ ਮੈਂ ਇੱਥੇ ਦੋਨਾਂ ਅਤੇ ਕੁੜੀ ਦੇ ਨਾਨਾ ਜੀ ਨੇ ਦਾਦਾ ਜੀ ਨੇ ਸਾਨੂੰ ਬਿਠਾ ਲਿਆ ਕਿ ਤੁਹਾਡੀ ਬਰਾਤ ਜ਼ਿਆਦਾ ਬਟ ਸਾਡੇ ਜਿਹੜੇ ਮੈਂਬਰ ਸੀਗੇ 20 ਤੋਂ ਵੀ ਘੱਟ ਹੀ ਆਏ ਹੋਏ ਆ ਪਰ ਉਹਨਾਂ ਨੇ ਜ਼ਿਆਦਾ ਬੰਦੇ ਸਮਝ ਕੇ ਸਾਨੂੰ ਲਿਆਏ ਹੋਏ ਬਾਕੀ ਰੋਸੀ ਪੜੋਸੀ ਆ ਹੁਣ ਵੀ ਬਾਜ਼ਾਰ ਸਾਰਾ ਖੁੱਲ੍ਹਾ ਹੋਇਆ ਲੋਕਾਂ ਨੇ ਕਿਸੇ ਨੂੰ ਦੁਕਾਨਾਂ ਖੋਲ੍ਹੀਆਂ ਆਵਾਜਾਈ ਚੱਲ ਰਹੀ ਆ ਕੋਈ ਲੋਕ ਦੇਖਣ ਆ ਜਾਂਦੇ ਅਸੀਂ ਲੱਗਣ ਲੱਗ ਗਿਆ ਕਿ 20 ਤੋਂ ਜ਼ਿਆਦਾ ਨਹੀਂ ਬਸ ਇਹੀ ਕੀ ਨਾਮ ਹੈ ਤੁਹਾਡਾ ਸਾਨੂੰ ਸਾਡੇ ਬਿਠਾ ਲਿਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪਾਰਸ ਹੈ ਇਲੈਕਸ਼ਨ ਵੋਟਾਂ ਵਾਲੇ ਉਹਨਾਂ ਦਾ ਕਰੋਨਾ ਨਹੀਂ ਹੈਗਾ ਵੋਟਾਂ ਜਿਹੜੇ ਮੰਗ ਕੇ ਨੇਤਾ ਬਣਦੇ ਆ ਹਾਂਜੀ ਕੀ ਨਾਮ ਤੁਹਾਡਾ ਜੀ ਸਕੀਨਾ ਦੇਵੀ ਹਾਂਜੀ ਕੀ ਗੱਲ ਕੀ ਹੋਈ ਸੀਗੀ ਬੇਟੀ ਦਾ ਵਿਆਹ ਕਰ ਰਹੇ ਆ ਹਾਂਜੀ ਹਾਂਜੀ ਹੋਰ ਕੀ ਗੱਲ ਹੈਗੀ ਸਾਨੂੰ ਗਰੀਬ ਬੰਦਿਆਂ ਨੂੰ ਕਰਜ਼ਾ ਚੱਕ ਕੇ ਅਸੀਂ ਵਿਆਹ ਕਰਦੇ ਪਏ ਆ ਸਾਨੂੰ ਵਿਆਹ ਕਰਨ ਦਿਓ ਅੱਜ ਪਰਮਿਸ਼ਨ ਸੀਗੀ ਤੁਹਾਡੇ ਕੋਲ ਪਰਮਿਸ਼ਨ ਹੈਗੀ ਤੇ ਹੁਣ ਪੁਲਿਸ ਆਈ ਸੀ ਤੇ ਤੁਹਾਨੂੰ ਕੀ ਕਿਹਾ ਕਿਸ ਕੋਲੋਂ ਲੈ ਗਏ ਨੇ ਲੈ ਕੇ ਲਾਣੇ ਨੂੰ ਚੱਕ ਨਜਾਇਜ਼ ਲੈ ਕੇ ਚੱਕ ਕੇ ਪੁਲਿਸ ਵਾਲਿਆਂ ਦੀ ਤੇ ਤੁਹਾਡੀ ਚੱਲਦੀ ਪਈ ਹੋਰ ਕਿਹਦੀ ਚੱਲਦੀ ਹੋਰ ਕਿਸੇ ਦੀ ਚੱਲਦੀ ਕਿਸੇ ਨੇ ਕਹਿ ਦਿੱਤਾ ਦਿਖਾਤਾ ਚਲੋ ਜੀ ਦੇਖੋ ਜੀ ਮੈਂ ਦਿਲਵਾ ਮੈਂ ਮੇਰਾ ਨਾਮ ਵਿਜੇ ਕੁਮਾਰ ਹੈਗਾ ਤੇ ਮੈਂ ਵਿਆਹ ਚ ਆ ਤੇ ਮੈਂ ਦੇਖਿਆ ਤੇ ਇੱਥੇ ਕਿ ਵਿਆਹ ਤੋਂ ਕੁੜੀ ਦਾ ਇਹਨਾਂ ਨੇ ਕੀਤਾ ਸੀ ਆਟੋਮੈਟਿਕਲੀ ਪੁਲਿਸ ਆਈ ਕਿ ਇਹਨਾਂ ਚੱਕੋ 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 ਭੱਜੋ 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 ਵੀ ਮੈਂ ਤੇ ਕਰ ਅਸੀਂ ਕਰ ਕੀ ਰਹੇ ਹਾਂ ਵਿਆਹ ਤੇ ਕਰ ਰਹੇ ਹਾਂ ਹਾਂਜੀ ਨਹੀਂ ਨਹੀਂ ਅਸੀਂ ਵਿਆਹ ਤੇ ਕਰ ਰਹੇ ਹਾਂ ਕੋਈ ਜੁਰਮ ਤਾਂ ਨਹੀਂ ਕੀਤਾ ਵਿਆਹ ਕਰਨੇ ਚ ਆਏ ਚੱਕੋ ਭੱਜੋ ਭੱਜੋ ਪੁਲਿਸ ਨੇ ਇਹ ਕੀਤਾ ਉੱਥੇ ਰੈਲੀਆਂ ਕਰ ਰਹੇ ਹੈ ਪ੍ਰਧਾਨ ਮੰਤਰੀ ਉੱਥੇ ਨਾ ਇੰਨੀ ਭੀੜ ਆਉਂਦੀ ਪਈ ਹੈ ਉੱਥੇ ਬੋਲਣ ਵਾਲਾ ਕੋਈ ਨਹੀਂ ਹੈਗਾ ਇਹ ਮਾਮੂਲੀ ਜਿਹਾ ਵਿਆਹ ਕਰਨ ਆਪਣ ਲੱਗੇ ਆ ਲੋਕਡਾਊਨ ਲੱਗੂਗਾ ਪਤਾ ਨਹੀਂ ਸਰ ਵਿਆਹ ਰਾਤ ਦਾ ਸੀ ਸਵੇਰ ਦਾ ਸੀ ਰਾਤ ਦੀ ਤੁਹਾਨੂੰ ਪਤਾ ਬੰਦਾ ਹੀ 20 ਤੱਕ ਗਿਣਤੀ ਚਾਹੀਦੀ ਗਿਣਤੀ ਵੀ ਤੁਹਾਡੀ ਜ਼ਿਆਦਾ ਮੇਰੇ ਤੋਂ 100 ਤੋਂ ਜ਼ਿਆਦਾ ਹੀ ਹੋਣੀ ਗਿਣਤੀ ਦਾ ਤੁਹਾਡੀ ਇੱਥੇ ਹੋ ਸਕਦਾ ਜੀ ਸਾਡੇ ਨਾਲ ਮਾੜੀ ਮੋਟੀ ਗਲਤੀ ਹੋ ਗਈ ਹੈ ਜੀ ਵਿਆਹ ਤੇ ਆਏ ਸੀ ਬਸ ਉਹ ਹੀ ਹੈ ਤੇ ਹੁਣ ਜਿਹੜੇ ਲਾੜਾ ਹੈਗਾ ਜਾਂ ਫਿਰ ਬਾਕੀ ਬਰਾਤੀ ਨੇ ਉਹ ਕਿੱਥੇ ਨੇ ਸਾਰੇ ਹੁਣ ਇਹ ਮਾੜੇ ਮੋਟੇ ਤੇ ਇੱਥੇ ਨੇ ਬਾਕੀ ਨਿਕਲ ਗਏ ਨੇ ਅੱਛਾ ਤੇ ਲਾੜਾ ਕਿੱਥੇ ਹੁਣ ਪੁਲਿਸ ਹਾਂਜੀ ਲਾੜਾ ਕਿੱਥੇ ਹੈਗਾ ਲਾੜਾ ਤੇ ਹੈ ਹੀ ਨਹੀਂ ਪਤਾ ਨਹੀਂ ਗਏ ਲੈ ਕੇ ਪੌਂਸਰ ਆ ਗਈ ਤੱਕ ਪੌਂਸਰ ਆ ਗਈ ਉਹ ਤਾਂ ਘਰ ਛੱਡ ਦੋਗੀ ਕੋਈ ਨਾ ਕੋਈ ਜੁਰਮ ਥੋੜੀ ਕੀਤਾ ਉਹ ਛੱਡ ਹੀ ਜਾਏਗੀ ਬਿਲਕੁਲ